ਕਰਪਸ਼ਨ ਦੀਆਂ ਸਟੋਰੀਆਂ ਔਰ ਫਾਈਲਾਂ ਜਿਹੜੀਆਂ ਨੇ ਅੱਜਕੱਲ ਉਹਨਾਂ ਨੇ ਪਾਕਿਸਤਾਨ ਦੇ ਵਿੱਚ ਇੱਕ ਪੂਰੀ ਧੂਮ ਜਿਹੜੀ ਹੈ ਨਾ ਉਹ ਮਚਾਈ ਹੈ ਹਰ ਜਗ੍ਹਾ ਦੇ ਉੱਤੇ ਸਿਰਫ ਔਰ ਸਿਰਫ ਸ਼ਾਜ਼ਾਦ ਅਕਬਰ ਜਿਹੜਾ ਉਹ ਉਹ ਹੀ ਡਿਸਕਸ ਹੋ ਰਿਹਾ ਔਰ ਸ਼ਾਜ਼ਾਦ ਅਕਬਰ ਦੀ ਜਿਹੜੀ ਲੂਟ ਮਾਰ ਉਹਨੇ ਕੀਤੀ ਹੈ ਨਿਆਜ਼ੀ ਦੇ ਨਾਲ ਮਿਲ ਕੇ ਉਹ ਹੀ ਜਿਹੜੀ ਹੈ ਇਹ ਡਿਸਕਸ ਹੋ ਰਹੀ ਹੈ ਅੱਜ ਅੱਜ ਦੇ ਦਿਨਾਂ ਦੇ ਵਿੱਚ ਅਸੀਂ ਕੱਲ ਤੁਹਾਨੂੰ ਦੱਸਿਆ ਸੀ ਕਿ 슈ગર ਦਾ ਜਿਹੜਾ ਚੀਨੀ ਦਾ ਸਕੈਂਡਲ ਸੀ ਉਹਦੇ ਵਿੱਚੋਂ ਸਿਰਫ ਨੈਟ ਕੈਸ਼ ਜਿਹੜੀ ਉਸ ਲਈ ਇਹਨਾਂ 5 5 ਰਬਾ ਨੈਟ ਕੈਸ਼ ਯਾਨੀ 슈ગર ਦੇ ਜਿਹੜੇ ਮਿੱਲਾਂ ਦੇ ਮਾਲਕਾਂ ਨੇ ਨਾ ਉਹਨਾਂ ਕੋਲੋਂ ਰਲ ਕੇ ਇਕੱਠੀ ਜਿਹੜੀ ਉਹਨੇ ਨੈਟ ਕੈਸ਼ ਲਿਆ ਉਹ 5 ਰਬ ਰੁਪਏ ਆ ਬਾਕੀ ਜਿਹੜਾ ਉਹਨਾਂ ਬਿਜ਼ਨਸਮੈਨਾਂ ਦੇ ਕੋਲੋਂ ਉਹਨਾਂ ਨੂੰ ਜੈਲੀ ਲੈਟਰ ਲਿਖ ਲੁਕ ਕੇ ਤੇ ਤਮਕਾ ਕੇ ਲਿਆ ਉਹ ਅਲੱਗ ਆ ਤੇ ਅੱਗੇ ਅਸੀਂ ਚੱਲੀਏ ਇਸ ਸਕੈਂਡਲ ਦੀ ਅਗਲੀ ਜਿਹੜੀ ਨਾ ਕਿਸ਼ਤ ਉਹ ਮੈਂ ਤਾਂ ਥੋੜੀ ਜੀ ਗੋਸ਼ਕੁਜ਼ਾਰ ਤੁਹਾਡੇ ਅਗੇ ਕਰ ਲਾਂ ਕਿ ਸ਼ਾਦਾਦ ਅਕਬਰ ਪਿਛਲੇ ਤਕਰੀਬਨ 2 ਸਾਲ ਤੋਂ ਇਹੋ ਚੀਜ਼ਾਂ ਨਾ ਜਿਹੜੀਆਂ ਡਾਕੂਮੈਂਟ ਨੇ 5 ਕਰੋੜ ਰੁਪਈਆ ਮੰਥਲੀ ਲੈ ਰਿਹਾ ਐਫਆਈਏ ਕੋਲੋਂ ਸੁਆਦ ਆਇਆ ਕਿ ਨਹੀਂ ਆਇਆ ਮਿੱਠੇ ਗੱਲ ਦਾ ਗੱਲ ਬੜੀ ਕੰਮ ਦੀ ਜੀ 5 ਕਰੋੜ ਰੁਪਇਆ ਮੰਥਲੀ ਜਿਹੜਾ ਸ਼ਹਾਦ ਅਕਬਰ ਲੈ ਰਿਆ ਪਿਛਲੇ 2 ਸਾਲ ਤੋਂ ਸਿੱਕਾ ਰਾਇਜੋਲ ਵਕਤ ਐਫ ਆਈਏ ਕੋਲੋਂ ਮਤਲਬ ਇਹ ਗੱਲ ਤੁਸੀਂ ਸਮਝੋ ਕਿ ਨਹੀਂ ਉਪਰੋਂ ਥੱਲੇ ਇੰਜ ਇੰਜ ਕਰਕੇ ਉੱਚੇ ਉਹ ਉਹ ਰਕਮ ਜਿਹੜੀ ਹੈ ਉਹ ਬਣਿਆ ਉਹਦਾ ਇੱਕ ਸਿਸਟਮ ਬਣਿਆ 5 ਕਰੋੜ ਰੁਪਇਆ ਮੰਥਲੀ ਇਹ ਸ਼ਹਾਦ ਅਕਬਰ ਲੈਂਦਾ ਰਿਹਾ ਹੋਂ ਤੇ ਚਲਾ ਗਿਆ ਨਾ 2.5 ਕਰੋੜ ਰੁਪਇਆ ਡਾਕਟਰ ਰズਵਾਨ ਜਿਹੜਾ ਡੀਜੀ ਐਫਆਈਏ ਲਾਹੌਰ 2.5 ਕਰੋੜ ਰੁਪਇਆ ਮੰਥਲੀ ਐਫਆਈਏ ਦੇ ਕੋਲੋਂ ਆਪਣੇ ਵਿਭਾਗ ਦੇ ਕੋਲੋਂ ਡੀਜੀ ਰズਵਾਨ ਜਿਹੜਾ ਡਾਕਟਰ ਰズਵਾਨ ਉਹ ਲੈਂਦਾ ਅੱਜ ਵੀ ਲੈ ਰਿਹਾ ਏ ਡਾਕਟਰ ਰズਵਾਨ ਡੀਜੀ ਐਫਆਈਏ ਲਾਹੌਰ 2.5 ਕਰੋੜ ਰੁਪਇਆ ਮੰਥਲੀ ਉਹਦੀ ਲੱਗੀ ਆ ਆਪਣੇ ਮੈਕਮੇ ਦੇ ਕੋਲ ਬੈ ਲੁੱਟ ਕੇ ਲਿਆਓ ਤੇ ਆਪਣਾ ਸਾਥ ਤਾਂ ਆਪ ਨਾਲ ਮੇਰੀ ਐਨੀ ਤੇ ਸ਼ਹਾਦ ਅਕਬਰ ਦੀ ਐਨੀ ਅੱਗੋਂ ਤੁਸੀਂ ਜਿਹੜੇ ਥੱਲੇ ਆਲੇ ਹੋ ਛੋਟੇ ਮੋਟੇ ਜਿਹੜੇ ਡਾਇਰੈਕਟਰ ਡੁਕ ਤੁਰੂਰਾ ਆਪਰਾ ਉਹ ਆਪਣੀ ਵੰਡ ਲੋ ਕਿਸੇ ਨੂੰ 5 ਲੱਖ ਕਿਸੇ ਨੂੰ 2 ਲੱਖ ਕਿਸੇ ਨੂੰ 6 ਲੱਖ ਜਿੱਥੇ ਜਿੱਥੇ ਉਹਨਾਂ ਨੇ ਕੋਈ ਮੰਡੀਆਂ ਪਾਈਆਂ ਹੁੰਦੀਆਂ ਇਹ ਡਾਕਟਰ رضوان ਜਿਹੜਾ ਡੀਜੀ ਐਫ ਆਈਏ ਲਾਹੌਰ ਇਹਦਾ ਭਰਾ ਹੈ ਉਹਦਾ ਨਾਮ ਅਰਫਾਨ ਉਹ ਨੇ ਉਥੇ ਮਾਲ ਰੋਡ ਦੇ ਕਰੀਬ ਹੀ ਕਿਸੇ ਪਲਾਜ਼ੇ ਦੇ ਵਿੱਚ ਇੱਕ ਦਫ਼ਤਰ ਜਿਹਾ ਬਣਾਇਆ ਹੈ ਦਫ਼ਤਰ ਬਰਾਏ ਕ腐ਸ਼ਨ ਇਹ ਮੈਂ ਆਪਣੇ ਕੋਲੋਂ ਅਸਿਊਮ ਕਰ ਰਿਹਾ ਉਹ ਦਫ਼ਤਰ ਐਨਾ ਹੀ ਬਣਾਇਆ ਹੈ ਭਈ ਦਫ਼ਤਰ ਖਾਮਗਾ ਉਹਦੇ ਵਿੱਚ ਕੀ ਹੁੰਦਾ ਜਿਨ੍ਹਾਂ ਲੋਕਾਂ ਨੂੰ ਇਹ ਝੂਠੇ ਖੱਤ ਲਿਖਤੇ ਹੁੰਦੇ ਨੇ ਨਾ ਬਿਜ਼ਨਸਮੈਨਾਂ ਨੂੰ ਧਮਕਾਣ ਆਸਤੇ ਉਹਨਾਂ ਦੇ ਨਾਲ ਫਿਰ ਉਹ ਜਿਹੜਾ ਡਾਕਟਰ ਰズਵਾਨ ਦਾ ਭਰਾ ਹੈ ਅਰਫਾਨ ਉਹ ਰਾਬਤਾ ਕਰਦਾ ਹੈ ਕਿ ਤੁਸੀਂ ਮੇਰੇ ਦਫਤਰ ਆ ਜਾਓ ਮੈਂ ਤੁਹਾਡੀ ਗੱਲ ਮੁਕਾ ਦੇਣਾ ਉਹ ਫਿਰ ਉਸ ਦਫਤਰ ਦੇ ਵਿੱਚ ਉਹ ਬੰਦੇ ਆਉਂਦੇ ਨੇ ਜਿਨ੍ਹਾਂ ਨੂੰ ਜਾਨ ਦੇ ਲਾਲੇ ਪੈ ਹੁੰਦੇ ਨੇ ਜੀ ਸਾਨੂੰ ਐਫਆਈ ਦਾ ਲੈਟਰ ਆਇਆ ਹੈ ਬਈ ਇੰਨੇ ਪੈਸੇ ਦਿਓ ਉਹ ਫਿਰ ਡੀਲ ਬ੍ਰੇਕ ਕਰਾਂਦਾ ਉੱਥੇ ਫਿਰ ਡਾਕਟਰ ਰズਵਾਨ ਵੀ ਆਂਦਾ ਤੇ ਸ਼ਹਾਜ਼ਾਦ ਅਕਬਰ ਵੀ ਆਂਦਾ ਉਸ ਫਲੈਟ ਉਸ ਦਫਤਰ ਦੇ ਵਿੱਚ ਇਹ ਪਿਛਲੇ 2.5 ਸਾਲ ਤੋਂ ਇੱਕ ਕੰਮ ਚੱਲ ਰਿਹਾ ਹੈ ਉੱਥੇ ਫਿਰ ਪੈਸੇ ਤੈਹ ਹੁੰਦੇ ਨੇ ਉੱਥੇ ਹੀ ਫਿਰ ਕੈਸ਼ ਦਿੱਤੀ ਜਾਂਦੀ ਏ ਉਹ ਫਿਰ ਜਿਹੜਾ ਡਾਕਟਰ ਰਿਜ਼ਵਾਨ ਹੈ ਉਹਦੀ ਜ਼ਿੰਮੇਵਾਰੀ ਹੁੰਦੀ ਏ ਕਿ ਸ਼ਹਾਜ਼ਾਦ ਅਕਬਰ ਦਾ ਜਿਹੜਾ ਪੈਸਾ ਹੈ ਉਹ ਕਿਹੜਿਆਂ ਕਿਹੜਿਆਂ ਬੈਂਕ ਅਕਾਊਂਟਾਂ ਦੇ ਥਰੂ ਉਹ ਯੂਰਪ ਜਾਂਦਾ ਹੈ ਲੀਗਲ ਤਰੀਕੇ ਨਾਲ ਉਹ ਬੈਂਕ ਅਕਾਊਂਟ ਵੀ ਆ ਗਏ ਨੇ ਸਾਹਮਣੇ ਸਾਰੇ 6-7 ਬੈਂਕ ਅਕਾਊਂਟ ਨੇ ਜਿਨ੍ਹਾਂ ਦੇ ਦਰਿਅੇ ਉਹ ਡਿਊਟੀ ਡਾਕਟਰ ਰਿਜ਼ਵਾਨ ਦੀ ਲੱਗੀ ਏ ਕਿ ਇਹਨਾਂ ਬੈਂਕਾਂ ਦੇ ਥਰੂ ਲੀਗਲ ਚੈਨਲ ਦੇ ਜ਼ਰੀਏ ਇਹ ਯੂਰਪ ਦੇ ਮختلف ਬੈਂਕ ਅਕਾਊਂਟਾਂ ਦੇ ਵਿੱਚ ਉਹ ਪੈਸੇ ਜਾਂਦੇ ਨੇ ਔਰ ਸਾਰਾ ਉਹ ਨਾਲ ਤਫਸੀਲ ਹੁੰਦੀ ਹੈ ਤਾਂ ਕਿ ਉੱਥੋਂ ਵਾਲੀ ਹਕੂਮਤ ਵੀ ਨਾ ਪੁੱਛੇ ਕਿ ਇਹ ਪੈਸਾ ਲੀਗਲ ਹੈ ਜਾਂ ਇਲੀਗਲ ਕਿਉਂਕਿ ਬੈਂਕਿੰਗ ਚੈਨਲ ਦੇ ਥਰੂ ਹਕੂਮਤ ਦੇ ਜ਼ਰਾਇਰ ਦੇ ਮੁਤਾਬਕ ਉਹ ਜਾ ਰਿਹਾ ਹੁੰਦਾ ਹੈ ਇੰਨਾ ਪੱਕਾ ਕੰਮ ਜਿਹੜਾ ਉਹ ਕਰਦੇ ਨੇ ਉਹ ਸਾਰੇ ਅਕਾਊਂਟ ਵੀ ਜਿਨ੍ਹਾਂ ਦੇ ਵਿੱਚ ਪੈਸਾ ਜਾਂਦਾ ਔਰ ਜਿਨ੍ਹਾਂ ਦੇ ਵਿੱਚੋਂ ਜਾਂਦਾ ਉਹ ਸਾਰੇ ਜਿਹੜੇ ਨੇ ਉਹ ਮੰਜ਼ਰੇ ਆਮ ਤੇ ਆ ਚੁੱਕੇ ਹਨ ਔਰ ਉਸ ਇਹ ਤੇ ਹੋ ਗਿਆ ਇਹ ਜਿਹੜੀ ਮੰਥਲੀ 5 ਕਰੋੜ ਤੇ 2.5 ਕਰੋੜ ਮੰਥਲੀ ਜਿਹੜਾ ਉਹ ਡਾਕਟਰ ਰズवान ਜਿਹੜਾ ਡੀਜੀ ਲਾਹੌਰ ਐਫਆਈਓ ਲੈਂਦਾ ਔਰ ਉਹਦਾ ਪ੍ਰਾਰਫਾਨ ਜਿਹੜਾ ਉਹ ਦਲਾਲੀ ਕਰਦਾ ਵਿੱਚ ਬੰਦੇ ਫਸਾ ਕੇ ਲਿਆਂਦਾ ਤੇ ਉੱਥੇ ਪੈਸੇ ਜਿਹੜਾ ਉਹ ਤੈਅ ਕਰਦਾ ਅੱਗੇ ਬਰਾਡਸ਼ੀਟ ਤੁਸੀਂ ਗੱਲ ਸੁਣੀ ਹੋਣੀ ਬੜੀ ਪੁਰਾਣੀ ਗੱਲ ਬਰਾਡਸ਼ੀਟ ਹੁਣ ਕਈਆਂ ਲੋਕਾਂ ਨੂੰ ਪਤਾ ਨਹੀਂ ਕਿ ਬਰਾਡਸ਼ੀਟ ਹੈ ਕੀ ਮੈਂ ਤਰਦੀ ਤਰਦੀ ਗੱਲ ਤੁਹਾਨੂੰ ਦੱਸਣਾ ਇੱਕ ਕੰਪਨੀ ਬਣਾਈ ਗਈ ਬਰਤਾਨੀਆਂ ਮਸ਼ਹਰਫ ਤੌਰ ਦੇ ਵਿੱਚ ਕਿਆ ਗਿਆ ਜੀ ਅਸੀਂ ਨਿਵਾਸ਼ਦੀਪ ਦੀ ਕਰਪਸ਼ਨ ਲੱਭਨੇ ਅੱਜ ਤੋਂ 25 ਸਾਲ ਪੁਰਾਣੀ 22 24 ਸਾਲ ਪੁਰਾਣੀ ਗੱਲ ਉਹ ਕੰਪਨੀ ਬਣਾਉਣ ਵਾਲੇ ਵੀ ਕੋਈ ਆ ਪਾਕਿਸਤਾਨੀ ਸੰ ਬੈਲੀ ਉਹਨਾਂ ਨੇ ਸਕੀਮ ਲਾਈ ਸੀ ਉਹ ਖਰਚ ਕਰਦਿਆਂ ਕਰਾਉਂਦਿਆਂ ਗੱਲ ਐ ਪਿਛਲੇ ਡੇਢ 3 ਸਾਲ ਦੇ ਵਿੱਚ ਆ ਜਾਂਦੀ ਏ ਕਿਉਂਕਿ ਮਾਲ ਬਣਾਉਣ ਵਾਲੇ ਜੋ ਆ ਗਏ ਉਹ 20 ਸਾਲ ਲੱਗੇ ਰਹੇ 18 ਸਾਲ ਨਿਵਾਸ਼ਦੀਪ ਦੀ ਕੋਈ ਚੀਜ਼ ਨਾ ਲੱਭੀ ਉਸ ਤੋਂ ਬਾਅਦ ਇਹ ਹੁਣ ਸ਼ਹਾਦ ਅਕਬਰ ਆਇਆ ਇਹਨੇ ਆ ਕੇ ਉਹਨੂੰ ਫਿਰ ਐਕਟਿਵ ਕੀਤਾ ਉੱਥੇ ਉਹ ਬੰਦਾ ਜਿਹੜਾ ਉਹ ਰਾਨੀ ਜਿਹੜਾ ਉਹਦੇ ਨਾਲ ਮਿਲ ਕੇ ਗੇਮ ਖੇਡੀ ਗੇਮ ਖੇੜ ਕੇ ਉਹਨੂੰ ਕਿਹਾ ਕਿ ਤੂੰ ਲੰਗਨ ਹਾਈ ਕੋਰਟ ਜਾ ਕਿ ਰਿਆਸਤੇ ਪਾਕਿਸਤਾਨ ਮੈਨੂੰ ਇਹਨਾਂ 80 ਅਰਬ ਰੁਪਇਆ ਦੇਵੇ ਮੈਂ ਇਧਰੋਂ ਜਿਹੜਾ ਮਨਜ਼ੂਰੀ ਕਰਾ ਕੇ ਤੇ ਪੈਸੇ ਉਸ ਅਕਾਊਂਟ 'ਤੇ ਰਿਝ ਪਾਵਾਂਗਾ ਮੈਂ ਫਿਰ ਆਵਾਂਗਾ ਤੇ ਆਪਣੇ ਅਸੀਂ ਹਿੱਸੇ ਵੰਡਾਂਗੇ ਉਹ 2 3 ਵਾਰ 80 ਅਰਬ 60 ਅਰਬ 40 ਅਰਬ ਇਨਨਾਂ ਦੋਵਾਂ ਨੇ ਮਿਲ ਕੇ ਆਪਸੇ ਸ਼ਾਹਜਾਹ ਅਕਬਰ ਤੇ ਉਹ ਜਿਹੜਾ ਬੰਦਾ ਬਰਾਡ ਸ਼ੀਟ ਵਾਲਾ ਕਿਉਂਕਿ ਉਹਦੇ ਪਿੱਛੇ ਵੀ ਤੇ ਆਪ ਹੀ ਸਨ ਨਾ ਉਹਨਾਂ ਮਿਲ ਕੇ ਰਸਤੇ ਪਾਕਿਸਤਾਨ ਕੋਲੋਂ ਲੰਡਨ ਹਾਈ ਕੋਰਟ ਦੇ ਥਰੂ ਉਹ ਜਿਹੜਾ ਜੁਰਮਾਨਾ ਜੁਰਮਾਨਾ ਨਵਾਜ਼ ਸ਼ਰੀਫ ਦੀ ਜਦਾਦ ਲਬਦਿਆਂ ਲਬਦਿਆਂ ਉਹ ਹੋਇਆ ਤੇ ਉਹ ਸਾਰੇ ਐਕਸਪੈਂਸ ਤੇ ਉਹਨਾਂ ਪਰ ਉਹਦੀ ਮੱਧ ਦੇ ਵਿੱਚ ਇਹ ਕੋ ਡੇਢ 200 ਅਰਬ ਰੁਪਈਆ ਇਹਨਾਂ ਨੇ ਰਾਲ ਕੇ ਲਿਆ ਔਰ ਫਿਰ ਉਹ ਪੈਸੇ ਜਿਹੜੇ ਨੇ ਉਹ ਬਰਾਡ ਸ਼ੀਟ ਦੇ ਪਿੱਛੇ ਜਿਹੜਾ ਬੰਦਾ ਹੈ ਉਹਦੇ ਨਾਲ ਮਿਲ ਕੇ ਤੇ ਇਹਨਾਂ ਫਿਰ ਉਹਦੇ ਹਿੱਸੇ ਵੰਡੇ ਯਾਨੀ ਕਿ ਰਸਤੇ ਪਾਕਿਸਤਾਨ ਕੋਲ ਆਪ ਹੀ ਲਏ ਆਪ ਹੀ ਲਿਖਿਆ ਆਪ ਹੀ ਲਿਖਾਇਆ ਜਦੋਂ ਪੈਸੇ ਲੰਡਨ ਪਹੁੰਚ ਗਏ ਉੱਥੇ ਜਾ ਕੇ ਆਪ ਹੀ ਫਿਰ ਉਹਦੇ ਹਿੱਸੇ ਕਰ ਲਿਆ ਜਰਾ ਗੇਮ ਬੜੀ ਦਿਲਚਸਪ ਮਰਲੇ ਦੇ ਵਿੱਚ ਆ ਇਹ ਉਹ ਜਿਹੜਾ ਨਾ ਬਰਾਡ ਸ਼ੀਟ ਦੀ ਮੈਂ ਛੋਟੀ ਛੋਟੀ ਜਿਹੜੀ ਸਟੋਰੀ ਹੈ ਉਹ ਮੈਂ ਤੁਹਾਨੂੰ ਦੱਸ ਦਿਆਂ ਇਹਦੇ ਵਿੱਚ ਬੜਾ ਵੱਡਾ ਲੰਮਾ ਕਿੱਸਾ ਹੈ ਤੇ ਉਹਦੇ ਵਿੱਚੋਂ ਵੀ ਇਹ ਸ਼ਾਜ਼ਾਦ ਸਾਹਿਬ ਜਿਹੜਾ ਨੇ ਇਹ ਕੁ 100 150 ਅਰਬ ਦੀ ਫਰਤੀ ਲਾਗੇ ਨੇ ਲੇਕਿਨ ਕਹਿਣ ਵਾਲੇ ਕਹਿੰਦੇ ਨੇ ਕਿ ਇਹਦੇ ਨਾਲ ਵੱਡੇ ਵੀ ਉਹ ਹੈਂਡ ਵਿੱਚ ਹਿੱਸੇਦਾਰ ਐਮਤ ਨਹੀਂ ਨਾ ਕومی ਖਜ਼ਾਨੇ ਦੇ ਵਿੱਚੋਂ ਇਹਨੇ ਪੈਸੇ ਉੱਥੇ ਯਕਾ ਯਕ ਟ੍ਰਾਂਸਫਰ ਹੁੰਦੇ ਗਏ ਕਿ ਅੱਜ ਬਰਾਡ ਸ਼ੀਟ ਨੂੰ ਇਨਾ ਜੁਰਮਾਨਾ ਨੋਇਨਾ ਜੁਰਮਾਨਾ ਪੇ ਕੀਤਾ ਅੱਜ 80 ਰੁਪਏ ਕਰ ਦਿੱਤਾ ਅੱਜ 60 ਰੁਪਏ ਕਰ ਦਿੱਤਾ ਅੱਜ 40 ਰੁਪਏ ਕਰ ਦਿੱਤਾ ਆਖਰ ਸ਼ਹਾਜ਼ਾਦ ਅਕਬਰ ਪਾਕਿਸਤਾਨ ਬੈ ਕੇ ਉਹ ਸਾਰੇ ਪੈਸੇ ਹਕੂਮਤ ਦੇ ਪੈਸੇ ਪਾਕਿਸਤਾਨੀ ਆਵਾਮ ਦੇ ਪੈਸੇ ਉੱਥੇ ਘਲਾ ਰਿਆ ਸੀ ਜੁਰਮਾਨੇ ਦੀ ਮੱਦੇਚ ਤੇ ਉੱਥੋਂ ਜਾ ਕੇ ਫਿਰ ਉਹੀ ਪੈਸੇ ਆਪਸ ਵਿੱਚ ਵੰਡ ਰਹੇ ਸੀ ਤੇ ਇਹ ਉਹ ਬਰਾਡ ਸ਼ੀਟ ਸੀ ਇਹ ਵੀ ਫਾਈਲ ਜਿਹੜੀ ਇਹ ਸਾਈਆਂ ਦੇ ਕੋਲ ਹੈ ਔਰ ਇਹ ਸਾਰਾ ਉਹ ਤਾਂ ਹੈ ਤੇ ਇਹਦੀ ਕਰਪਸ਼ਨ ਦੀਆਂ ਦਾਸਤਾਨਾਂ ਬਹੁਤ ਦੂਰ ਦੂਰ ਤੱਕ ਫੈਲੀਆਂ ਅਜੇ ਅੱਗੇ ਗੰਧਮ ਆਣਾ ਦਵਾਈਆਂ ਆਣੀਆਂ ਉਸ ਤੋਂ ਬਾਅਦ ਕਿਉਂ ਆਣਾ ਪੈਟਰੋਲ ਦਾ ਸਕੈਂਡਲ ਆਣਾ ਔਰ ਜ਼ਮੀਨਾਂ ਦੇ ਸਕੈਂਡਲ ਆਣੇ ਨੇ ਔਰ ਹੋਰ ਕਈ ਚੀਜ਼ਾਂ ਮਨੀ ਲਾਂਡਰਿੰਗ ਆਣੀ ਆ ਔਰ ਡਾਲਰ ਦੀ ਜਿਹੜੀ ਸ਼ਾਰਟੇਜ ਆ ਉਹ ਵੀ ਆਣੀ ਆ ਇਹ ਦੇ ਇਹ ਸਮਝੋ ਕਿ ਸ਼ਹਾਦ ਅਕਬਰ ਨੇ ਮਤਲਬ ਕਿ ਬਹੁਤ ਲੰਮਾ ਹੱਥ ਮਾਰਿਆ ਤੁਸੀਂ ਨਿਆਜ਼ੀ ਨੂੰ ਜਾਂ ਅਲੀਮਾ ਬਾਜੀ ਨੂੰ ਵੀ ਭੁੱਲ ਜਾਓਗੇ ਇਹਨਾਂ ਲੰਮਾ ਹੱਥੋਂ ਸਮਾਰ ਚੁਕਿਆ ਔਰ ਇਸ ਟਾਈਮ ਉਹ ਅੰਡਰਗਰਾਊਂਡ ਹੈ ਪਤਾ ਨਹੀਂ ਉਹ ਨਸ ਗਿਆ ਹੈ ਜਾਂ ਪਾਕਿਸਤਾਨ ਦੇ ਵਿੱਚ ਹੀ ਲੇਕਿਨ ਅਗਲੇ ਚੰਨ ਦਿਨਾਂ ਦੇ ਵਿੱਚ ਸ਼ਹਾਦ ਅਕਬਰ ਵਾਜ਼ਿਆ ਹੋ ਜਾਏਗਾ ਕਿ ਉਹ ਕਿੱਥੇ ਹੋਵੇ ਕਿ ਆ ਉਹ ਕਿਦਰੇ ਅੰਡਰਗਰਾਊਂਡ ਹੋ ਕੇ ਨਵਾਂ ਪਾਕਿਸਤਾਨ ਬਣਾ ਲਿਆ ਬਣਾ ਰਿਹਾ ਹੈ ਇਹਾਂ ਕੋ ਤਬਦੀਲੀ ਲੈ ਕੇ ਆ ਰਿਹਾ ਹੈ ਜਾਂ ਕੋ ਸੁਨਾਮੀ ਲੈ ਕੇ ਆ ਰਿਹਾ ਹੈ ਜਾਂ ਕੀ ਲੈ ਕੇ ਆ ਰਿਹਾ ਹੈ ਇਹ ਅਗਲੇ ਚੰਦ ਦਿਨਾਂ ਦੇ ਵਿੱਚ ਅਸੀਂ ਤੁਹਾਡੇ ਗੋਸ਼ ਗੁਜ਼ਾਰ ਜਿਹੜਾ ਹੈ ਨਾ ਇਹ ਕਰ ਦਿਆਂਗੇ